ਬ੍ਰਿਹਾਂ ਮਿਲੇ ਸੀਕਰਟ ਦੀ ਤਰਫੋਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਤੇ ਅੱਜ ਦਾ ਵਲਾਗ ਸ਼ੁਰੂ ਕਰਨੇ ਆ ਤੇ ਅੱਜ ਸਾਲਗਿਰਾ ਜੀ ਅਹਿਮਦ ਦੀ ਤੇ ਸਾਲਗਿਰਾ ਅਹਿਮਦ ਕੀ ਆ ਅੱਜ ਹੈ ਅੱਜ ਕੀ ਆ ਪੁੱਤਰ ਓਏ ਸਾਲਗਿਰਾ ਗੋਲੀ ਵੀ ਨਾਲ ਮਾਰਨੀ ਆ ਜੀ ਅੱਜ ਬੱਚਿਓ ਅੱਜ ਇਹਨੇ ਮੈਗਜ਼ੀਨ ਭਰੀ ਦੀ ਜੇ ਹਾਂਜੀ ਤੇ ਨਾਲ ਕੀ ਪਕਾਣਾ ਕੀ ਆ ਪਕਾਣਾ ਕੀ ਆ ਨਾਲ ਬੋਟੀ ਹੋਰ ਕੇਕ ਵੀ ਕੱਟਣਾ ਬਈ ਬੋਟੀ ਵੀ ਪਕਾਣੀ ਤੇ ਨਵੇਂ ਪਿਸਤੌਲ ਨਾਲ ਗੋਲੀਆਂ ਵੀ ਮਾਰਨੀਆਂ ਨੇ ਕਿਹਨੂੰ ਕਿਹਨੂੰ ਮਾਰਨੀ ਹੈ ਹੈ ਦਾਨੇ ਨੂੰ ਹੋਰ ਕਿਹਨੂੰ ਮਾਰਨੀ ਹੈ ਲੈ ਬਈ ਗੋਲੀਆਂ ਵੀ ਵੱਜਣਗੀਆਂ ਅੱਜ ਤੇ ਸਾਲਗਿਰਾ ਵੀ ਅੱਜ ਹੈਪੀ ਬਰਥਡੇ ਬਈ ਜੀਪੀ ਜੇ ਮੇਰੇ ਦੀ ਸਾਲਗਿਰਾ ਤੇ ਅੱਜ ਚੱਲਨੇ ਆ ਬਾਜ਼ਾਰ ਲੈ ਕੇ ਆਉਂਦੇ ਹਾਂ ਗੋਸ਼ਤ ਮਸਾਲਾ ਅਤੇ ਸਮਾਨ ਲੈ ਕੇ ਆਉਂਦੇ ਹਾਂ ਤਿਆਰੀ ਕਰਨੇ ਆ ਅਤੇ ਚੱਲੀਏ ਲੈ ਕੇ ਆਈਏ ਸਾਰਾ ਸੌਦਾ ਦੇਖਦਾ ਪੂਰਾ ਕੱਢਦਾ ਹਾਂ ਪੁਰਾਣੇ ਖੜਦਾ ਅਸੀਂ ਨਾ ਕਰ ਲੈ ਪੁਰਾਣੇ ਚੌਲ ਚੰਗੇ ਪੁਰਾਣੇ ਹੀ ਨਹੀਂ ਕਿਹਾ ਠੀਕ ਹੈ 12 ਕਿਲੋ ਹੀ ਨਾ 10 ਕਿਲੋ ਨਹੀਂ ਕਿਹਾ ਮੈਂ ਚੌਲ 10 ਕਿਲੋ ਕਰਦੇ ਨਾ 12 ਸੌਦਾ ਲੈ ਲਿਆ ਜੀ ਤੇ ਗੋਸ਼ਤ ਵੀ ਲੈ ਲਿਆ ਚੱਲੀਏ ਹੁਣ ਚਲੋ ਚੱਲੀਏ ਲਿਖਿਆ ਬਹੁਤ ਨੇ ਮਿਕਸ ਮਿਕਸ ਕਰ ਲੈਣੇ ਆ ਗਿਣੋ ਕਿ ਨੇ 17 18 ਵੀ ਚੰਗੇ ਬਲੈਕ ਵੀ ਠੀਕ ਨੇ 33 34 35 ਇੱਕ ਹੋਰ ਪਾ ਹੋ ਗਏ ਤੇ ਹੋ ਗਏ ਤੇ ਹੋ ਗਏ ਤੇ ਤਿੰਨ ਤੇ ਬੜੀਆਂ ਹੋ ਗਏ ਬਹੁਤ ਹੋ ਗਏ ਨੇ ਸਹੀ ਨੇ ਪੂਰੇ ਬਾਕੀ ਸਮਾਨ ਪੂਰਾ ਹੋ ਗਿਆ ਅਲਹਮਦੁਲਿਲਾ ਤੇ ਹੁਣ ਕੇਕ ਰਹਿ ਗਿਆ ਸੀ ਤੇ ਹੁਣ ਕੇਕ ਲੈਣ ਆ ਗਏ ਆ ਤੇ ਕੇਕ ਲੈਨੇ ਆ ਚਲੋ ਚਲੋ ਬਾਕੀ ਥੋੜਾ ਜਿਹਾ ਸਮਾਨ ਹੈ ਵੀ ਹੈ ਲੈਣ ਵਾਲਾ ਕੈਂਡਲ ਨੇ ਤੇ ਬਲੂਨ ਹੋਰ ਕਿਹੜਾ ਕੈਪ ਕੈਪ ਐਕਸ ਕਰਨਾ ਉਹ ਚੀਜ਼ ਉੱਤੇ ਕੈਂਡਲ ਲਾਉਣੀ ਹੈ ਕੇਕ ਹੈ ਮਾਸ਼ਾਅੱਲਾ ਰੈਡੀ ਹੈ ਤੇ ਜੋ ਅਸੀਂ ਦੋਹਾ ਕੀਤੀ ਉਸ ਤੋਂ ਜ਼ਿਆਦਾ ਖੂਬਸੂਰਤ ਅੱਛਾ ਬਣਾਇਆ ਸਹੀ ਹੈ ਲੋ ਜੀ ਖਾਣੇ ਦੀ ਤਿਆਰੀ ਹੋਣ ਡਈ ਹੈ ਮਟਰ ਮਸਾਲੇ ਹਰੇ ਤਿਆਰ ਨੇ ਤੇ ਅਜ਼ੀਮ ਭਾਈ ਬਣਾ ਰਹੇ ਨੇ ਜੀ ਆਪਣੇ ਹੱਥਾਂ ਨਾਲ ਉਹ ਕੀਮਾ ਮਟਰ ਜੀ ਮਟਰ ਕੀਮਾ ਪਲਾਓ ਕੀਮਾ ਮਟਰ ਪਲਾਓ ਜੀ ਤੇ ਅੱਗ ਸ਼ੱਗ ਲਾ ਰਹੇ ਨੇ ਰੈਡੀ ਕਰ ਰਹੇ ਨੇ ਦੇਗ ਚ ਪੱਕ ਰਹੀ ਹੈ ਅੱਗ ਕਿਉਂ ਨਹੀਂ ਲੱਗਣ ਡੀ ਟਾਕੀਆਂ ਘੱਟ ਨੇ ਕਿ ਤੋੜਾ ਬਸ ਲੱਗ ਗਈ ਕੇ ਲੱਗ ਗਈ ਹੈ ਲੱਗ ਗਈ ਹੈ ਬਸ ਮਾਚ ਗਿਆ ਕੀਮਾ ਰੱਖਿਆ ਵਾ ਇੱਧਰ ਉਬਲਣ ਵਾਸਤੇ ਅਸੀਂ ਕੀਮਾ ਉਬਲਣ ਵਾਸਤੇ ਰੱਖਿਆ ਵਾ ਤੇ ਇਹ ਤਾਂ ਉੱਤੇ ਆ ਗਿਆ ਤਾ ਰੋਡ ਨਾਨ ਜਾਏ ਸਹੀ ਹੈ ਵੀ ਰੈਡੀ ਹੋ ਚੱਲਾ ਵੀ
ਰੱਖ ਛੜੀ ਜੇ ਦੇਖ ਚੁੱਲੇ ਤੇ ਆਹ ਜੇ ਰੱਖ ਛੜੀ ਤੇ ਵਿੱਚ ਕੀ ਪਾਇਆ ਅਖਣੀ ਜੇ ਪਾਇਆ ਤੇ ਮਸਾਲੇ ਨਹੀਂ ਸੁੱਟਨੇ ਪਾਣੀ ਖੁਸ਼ਕ ਹੋ ਜੇ ਠੀਕ ਹੈ ਜੀ ਲਓ ਜੀ ਤਿਆਰੀ ਫੜ ਲਈ ਹੈ ਅਜ਼ੀਮ ਭਾਈ ਨੇ ਹੁਣ ਬਸ ਰੈਡੀ ਹੈ ਦੇਖ ਛੇਗਾ ਅਗਸ਼ਕ ਹੁਣ ਬਲ ਪੀਦੀ ਹੈ ਤੇ ਮਸਾਲੇ ਹੁਣ ਰੈਡੀ ਨੇ ਹਰ ਚੀਜ਼ ਬਸ ਇਹਨਾਂ ਨੇ ਹੁਣ ਦੇਗ ਤਿਆਰ ਕਰਨੀ ਹੈ ਘਿਓ ਅੱਜ ਪੱਕੀ ਗੱਲ ਹੈ ਮਹਿਮਾਨ ਆਉਣੇ ਨੇ ਲਓ ਜੀ ਘਿਓ ਪਾੜਿਆ ਵਿੱਚ ਅੱਛਾ ਤੇ ਫੇਰ ਗਰਮ ਹੁੰਦਾ ਤੇ ਪਿਆਜ਼ ਵੀ ਪਾ ਦਿੰਦੇ ਆ ਵਿੱਚ ਅੱਜ ਮਜ਼ਾ ਆਉਣਾ ਚਾਹੀਦਾ ਮਟਰ ਕੀਮੇ ਦਾ ਮਜ਼ਾ ਆਉਣਾ ਚਾਹੀਦਾ ਅੱਜ ਪੂਰੀ ਸੱਟ ਪੂਰੀ ਅੱਛਾ ਇਹ ਹੋ ਗਿਆ ਜੇ ਰੈਡੀ ਕੀਮਾ ਕੀਮਾ ਬਿਲਕੁਲ ਤਿਆਰ ਜੇ ਯਖਣੀ ਕੱਢੀ ਕੱਢੋ ਇਹਦੀ ਯਖਣੀ ਨਾਲੇ ਦੀ ਗਲਾਸ ਪੀ ਵੀ ਹੈ ਯਖਣੀ ਚਾਰ ਵੀ ਪਾਉਂਦੇ ਨੇ ਜੀ ਕੀਮੇ ਮਟਰ ਚ ਕੀ ਮਸਾਲਾ ਕੀ ਤੜਕਾ ਲੱਗ ਰਿਹਾ ਜੀ ਕੀਮਾ ਸੁੱਟ ਛੜਿਆ ਵਿੱਚ ਵਾਹ ਜੀ ਕੀਮਾ ਵੀ ਪਾਹੜਿਆ ਮਟਰ ਵੀ ਪਾਹੜੇ ਨੇ ਇਹਨੂੰ ਹੁਣ ਭੁੰਨਣਾ ਮਸਾਲੇ ਚ ਰੰਗਤ ਤੇ ਦੱਸ ਰਹੀ ਹੈ ਕਿ ਜ਼ਾਇਕਾ ਬਣੇਗਾ ਹੈ ਅੱਗੇ ਦੇਖੋ ਹੁਣ ਟੇਸਟ ਕਰਕੇ ਦੱਸਾਂਗੇ ਇਨਸ਼ਾਅੱਲਾ ਜੀ ਇਨਸ਼ਾਅੱਲਾ ਅੱਜ ਜਨਾਬ ਪਕਾਉਂਦੇ ਜੀ ਅਸੀਂ ਮਟਰ ਕੀਮਾ ਪਲਾਓ ਮਜ਼ੇਦਾਰ ਜਨਾਬ ਅੱਜ ਪਾਰਟੀ ਹੈ ਜਨਾਬ ਸਾਲਗਿਰਾ ਦੀ ਅਹਿਮਦ ਦੀ ਸਾਲਗਿਰਾ ਜੇ ਅਤੇ ਉਹਦੀ ਪਾਰਟੀ ਵਾਸਤੇ ਜਨਾਬ ਪੱਕਣ ਡਿਆ ਦਾ ਮਟਰ ਕੀਮਾ ਪਲਾਓ ਅਤੇ ਚਾਸ ਆਏਗੀ ਪੂਰੀ ਠੀਕ ਹੈ ਜੀ ਓਕੇ ਅਤੇ ਉਹ ਪੁੱਛ ਕੇ ਸੁਣ ਹੋ ਗਿਆ ਲਓ ਜੀ ਚਾਵਲ ਪਾ ਦਿੱਤੇ ਨੇ ਹੁਣ ਅਤੇ ਬਸ ਹੁਣ ਦਮ ਹੀ ਲੱਗਣਾ ਹੈ ਅਤੇ ਦੇਗ ਜਿਹੜੀ ਆ ਮੁਕੰਮਲ ਹੋ ਜਾਣੀ ਖਾਣੇ ਦਾ ਸਾਡਾ ਪ੍ਰੋਸੈਸ ਮੁਕੰਮਲ ਹੋਏਗਾ ਅੱਲਾ ਖੈਰ ਲਓ ਜੀ ਦਮ ਲੱਗਾ ਲਗਾ ਹੁਣ ਚੌਲ ਬਿਲਕੁਲ ਰੈਡੀ ਹੋ ਚੱਲੇ ਨੇ ਮਟਰ ਕੀਮਾ ਪਲਾਓ ਮਟਰ ਕੀਮਾ ਪਲਾਓ ਕਿੰਨੇ ਮਿੰਟ ਬਾਅਦ ਰੈਡੀ ਹੈ ਓਨਲੀ 20 ਟਾਈਮ ਤੇ ਨੋਟ ਕਰ ਲਓ ਦਮ ਲੱਗ ਗਿਆ ਜੇ ਟਾਈਮ ਕੀ ਹੋਇਆ ਜੀ ਪਤਾ ਜੇ ਲਓ ਜੀ ਦਮ ਲੱਗ ਗਿਆ ਜੀ ਥੱਲੇ ਰੱਖਣਾ ਕਿ ਨਹੀਂ ਥੋੜਾ 5 ਵਜੇ 10 20 ਮਿੰਟ ਵੀ ਲਓ ਜੀ ਤਿਆਰੀ ਪੂਰੀ ਹੈ ਜੀ ਹਾਂਜੀ ਸੇਲ ਭਾਈ ਪੂਰੀ ਤਿਆਰੀ ਹੈ ਹਾਂਜੀ ਹਾਂਜੀ ਤਿਆਰੀ ਪੂਰੀ ਹੈ ਪਰ ਲੀਕ ਹੋਣੀ ਯਾਰ ਲਓ ਜੀ ਗੁਬਾਰੇ ਸਾਰੇ ਭਰ ਛੜੇ ਨੀ ਹਾਂਜੀ ਗੁਬਾਰੇ ਲਾਤੇ ਬੱਲੇ 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 ਇਹ ਕੀ ਹੈ ਹੈਪੀ ਬਰਥਡੇ ਜੀ ਪਿੱਛੇ ਤਗਾ ਇੰਗਲਿਸ਼ ਹਾਂਜੀ ਮਾਸ਼ਾਅੱਲਾ ਜੀ ਭਰੋ ਵਾ ਤਗਾ ਕੇ ਲਓ ਜੀ ਕਿਆ ਬਾਤ ਹੈ ਮਾਸ਼ਾਅੱਲਾ ਜੀ ਕਮਰਾ ਜੀ ਸਜਾ ਹੜਿਆ ਅਹਿਮਦ ਬੇਟੇ ਦਾ ਤੇ ਜਨਾਬ ਕੇਕ ਦੀ ਬਸ ਹੁਣ ਵੇਟ ਹੈ ਕੇਕ ਦਾ ਲਓ ਜੀ ਹੈਪੀ ਬਰਥਡੇ ਦੇ ਸਪੈਲਿੰਗ ਜਿਹੜੇ ਨੇ ਅਸੀਂ ਉਹ ਵਾਹ ਭਰ ਕੇ ਰੈਡੀ ਕਰਦੇ ਨੇ ਹੁਣ ਪਿੱਛੇ ਲਾਉਂਦੇ ਹਾਂ ਕੰਧ ਤੇ ਮਾਸ਼ਾਅੱਲਾ ਟਾਈਮ ਹੋ ਗਿਆ ਜੇ ਪੂਰਾ ਤੇ ਹੁਣ ਲੱਗੇ ਹਾਂ ਦਮ ਪੁੱਟਣ ਅੱਲਾ ਖੈਰ ਕਰੇ ਸਹੀ ਇਨਸ਼ਾਅੱਲਾ ਪੱਕੀ ਹੋਏਗੀ ਬਿਸਮਿਲ੍ਲਾ ਲਓ ਜੀ ਵਾਹ ਜੀ ਵਾਹ ਮਾਸ਼ਾਅੱਲਾ ਜੀ ਪਲਾਓ ਪੱਕਿਆ ਬਿਹਤਰੀਨ ਇਹਨੂੰ ਲਾ ਲਈਏ ਥੱਲੇ ਤੇ ਥੱਲੇ ਲਾ ਕੇ ਫਿਰ ਇਹਨੂੰ ਖੋਲਨੇ ਆ ਵਾਹ ਜੀ ਵਾਹ ਰੈਡੀ ਹੈ ਜੀ ਪਲਾਓ ਕੀਮੇ ਮਟਰ ਪਲਾਓ ਰੈਡੀ ਹੈ
लो जी माशाल्लाह जी आ जी जी पुलाओ मटर कीमा पुलाओ ए तार लाईया हां भाई दाना दाने नाल बिल्कुल बिल्कुल ठीक है गम जबरदस्त बोलो हुण लाइए जनाब मोमबत्तियां लाती है ना असीं उत्ते लाउण लगे अग अग लगी है जी किनू किनू अग लगनी है किनू अग लगनी है नहीं नहीं लगती नहीं आपी ते जी यार ए अग किने बजानी है बर्थडे किदी है बर्थडे मेरी है ते अग किने बजानी लो जी माशाल्लाह अपना अहमद पुत्र मार ले फूक फूक मार पुत्र फूक जोर ना ओए ओए माशाल्लाह ओए बजा हड़ी भाई हैप्पी बर्थडे जी हैप्पी बर्थडे हैप्पी बर्थडे टू यू अहमद पुत्र मैं इनु वाह नाराज हो गया भाई नाराज हो गया भाई कहंदा मैं खुद कट गया जी हसन ने फड़ लिया छुरी बर्थडे मेरी प्रोग्राम फायरिंग कर दिती ओए केक खाना मेरे पुत्र ने अहमद भाई दी बर्थडे ही अज असी केक कटे अहमद भाई दी बर्थडे ते विश कीता अहमद भाई नु समझा नहीं भाई ओ वी चलो चलो पारी कर पारी कर पारी 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 आपे पा दे दे चलो आ जा मैं इधर आ जा हूं तू कुर्सी ले ते मैं ले दी केड़ा चमचा स्पेशल चीफ गेस्ट चीफ गेस्ट साहब लो जी अहमद दी बर्थडे ते स्पेशल शुगल फनी आदि विश कर रहे अहमद नू ਇਹੋ ਜਿਹੇ ਮੂਮੈਂਟ ਕਦੀ ਕਦੀ ਲੱਭਦੇ ਨੇ ਤੇ ਤੁਸੀਂ ਵੀ ਜਦੋਂ ਕਿਤੇ ਹੋਏ ਤੇ ਚਲੋ ਉਸ ਤਰ੍ਹਾਂ ਤਾਂ ਨਹੀਂ ਤੇ ਬਹਾਨੇ ਨਾਲ ਚਲੋ ਖੁਸ਼ੀ ਦਾ ਇੱਕ ਮੂਮੈਂਟ ਬਣ ਜਾਂਦਾ ਤੇ ਹੁਣ ਕੇਕ ਸ਼ੇਕ ਖਾ ਲਿਆ ਹੁਣ ਰੋਟੀ ਛੋਟੀ ਖਾਂਦੇ ਆ ਪਲਾਓ ਖਾਂਦੇ ਆ ਕੀਮੇ ਵਾਲਾ ਤੇ ਉਹ ਵੀ ਚੈੱਕ ਕਰਨੇ ਆ ਜ਼ਾਇਕਾ ਭਾਈ ਅਜ਼ੀਮ ਨੇ ਕਿਸ ਤਰ੍ਹਾਂ ਦਾ ਬਣਾਇਆ
पलाओ तकसीम करो जी। ऐ मामू ताहर तेरा ठीक है बेहतरीन माशाल्लाह जी। वाकई दीम भाई ने पलाओ पकाड़े दा पकाना मजा आ गया जी। आ जाओ जी जुड़े रहा करांगे। जिन्हें जिन्हें सबसक्राइब नहीं किया सब तो पहले सबसक्राइब करे चैनल।